ਮਾਨਸਾ 'ਚ ਲੰਬੇ ਸਮੇਂ ਤੋਂ ਕੰਪਿਊਟਰ ਅਤੇ ਸਕੈਨਰ ਦੀ ਮਦਦ ਨਾਲ ਜਾਅਲੀ ਕਰੰਸੀ ਛਾਪ ਕੇ ਅੱਗੇ ਵੇਚਣ ਵਾਲੇ ਇੱਕ ਵਿਅਕਤੀ ਨੂੰ ਝੁਨੀਰ ਪੁਲਿਸ ਨੇ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਉਸ ਵੱਲੋਂ ਤਿਆਰ ਕੀਤੇ ਜਾਅਲੀ ਨੋਟ ਅਤੇ ਕੰਪਿਊਟਰ ਸਕੈਨਰ ਵੀ ਬਰਾਮਦ ਕੀਤਾ ਹੈ। ਗੁਪਤ ਸੂਚਨਾ 'ਤੇ ਕਾਰਵਾਈ ਕਰਦਿਆਂ ਥਾਣਾ ਝੁਨੀਰ ਪੁਲਿਸ ਨੇ ਹਰਿਆਣਾ ਰਾਜ ਦੇ ਕਸਬਾ ਕਲਿਆਣ ਵਾਲੀ ਨਿਵਾਸੀ ਬੀਕਰ ਸਿੰਘ ਵੱਲੋਂ ਤਿਆਰ ਕੀਤੇ 20,000 ਦੇ 2,000 ਅਤੇ 5,500 ਦੇ ਜਾਅਲੀ ਨੋਟ ਸਮੇਤ ਕੰਪਿਊਟਰ ਸਕੈਨਰ ਵੀ ਬਰਾਮਦ ਕੀਤਾ ਹੈ। ਪੁਲਿਸ ਉਸ ਤੋਂ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਹ ਜਾਅਲੀ ਨੋਟ ਕਿਸ ਕਿਸ ਨੂੰ ਤਿਆਰ ਕਰਕੇ ਵੇਚਦਾ ਸੀ। ਉਹਨਾਂ ਦੱਸਿਆ ਕਿ ਬੀਕਰ ਸਿੰਘ ਦੇ ਖਿਲਾਫ ਹਰਿਆਣਾ ਰਾਜ ਵਿੱਚ ਵੀ ਜਾਅਲੀ ਕਰੰਸੀ ਬਣਾਉਣ ਅਤੇ ਵੇਚਣ ਦਾ ਮਾਮਲਾ ਦਰਜ ਹੈ। ਪੋਸਟਮਾਰਟਮ ਦੇਖ ਕੇ ਜਦੋਂ ਟਰਨ ਲੱਗਿਆ ਉਹਨੂੰ ਚੈੱਕ ਕੀਤਾ ਤਾਂ ਉਹਦੇ 20,000 ਰੁਪਏ ਦੀ ਜਾਅਲੀ ਕਰੰਸੀ ਬਰਾਮਦ ਹੋਈ। ਉਸਦੇ ਬਿਆਨ 'ਤੇ ਉਹਦੇ ਘਰੋਂ ਇੱਕ ਸਕੈਨਰ ਪ੍ਰਿੰਟਰ ਜਿਹਦੇ ਦੁਆਰਾ ਉਹ ਤਿਆਰ ਕਰਦਾ ਸੀ ਉਹ ਵੀ ਬਰਾਮਦ ਕਰਾਇਆ ਗਿਆ। ਬਿੱਕਰ ਸਿੰਘ ਨੂੰ ਕੱਲ੍ਹ ਕੋਰਟ ਪੇਸ਼ ਕਰਕੇ ਉਸ ਤੋਂ ਉਸਦਾ ਇੱਕ ਦਿਨ ਦਾ ਪੋਸਟਮਾਰਟਮ ਹਾਸਲ ਕੀਤਾ ਗਿਆ। ਉਸਦੇ ਕਿਹੜੇ ਕਿਹੜੇ ਵਿਅਕਤੀਆਂ ਦਾ ਸੌਲਵ ਸੀ ਜਾਂ ਕਿਹੜੇ ਦਿੰਦਾ ਸੀ ਉਹਦੇ ਬਾਰੇ ਪੁੱਛਿਆ ਜਾਂਦਾ। ਮਾਨਸਾ ਤੋਂ ਜਗਦੀਸ਼ ਬਾਂਸਲ ਦੀ ਰਿਪੋਰਟ, ਚੈਨਲ 2।